ਇਹ ਸਮੱਸਿਆ ਤਾਂ ਮਤਲਬ ਕੱਲ੍ਹ ਦੁਪਹਿਰ ਦੀ ਹੈ, ਅਤੇ ਜਿਹੜੀ ਇਹ ਵੱਡੀ ਲਾਈਨ ਜਾਂਦੀ 220 KV ਜਿਹਨੂੰ ਕਹਿੰਦੇ 220, ਇਹਦੀ ਜਿਹੜੀ ਤਾਰ ਹੈ ਉਹ ਕਿਸੇ ਪਹਿਲੇ ਮਤਲਬ ਗੈਰ ਸੀ, ਉਹ ਜਿਹੜੀ ਕੁਝ ਸਮਾਂ ਪਾ ਕੇ ਮਤਲਬ ਉਹ ਜਿਹੜੀ ਕੱਲ੍ਹ ਦਿਨੇ ਹੈ ਜਿਹੜੀ ਟੁੱਟ ਗਈ, ਉਹ ਜਿਹਦੇ ਕਰਕੇ ਭੇਜੋ ਸਟੀਰ ਰੋਪ ਨੀਚੇ ਭੇਜ ਦਿਓ, ਸਟੀਰ ਰੋਪ ਵੀ ਭੇਜੋ ਵੀ ਕਰੀਏ। ਹੁਣ ਆਵਾਜ਼ ਨਹੀਂ ਕਰਦੀਆਂ ਜੀ, ਪਹਿਲਾਂ ਆਵਾਜ਼ ਬੜੀਆ ਕਰਦੀਆਂ ਜੀ, ਲੋਡ ਤੇ ਡਿਪੈਂਡ ਆ ਜਾਂਦੀ ਹੈ। 400 KV ਵੀ ਆ, ਉਹ 400 KV, 400 ਜਿਹੜੇ ਇਹਨਾਂ ਤੋਂ ਵੀ ਜ਼ਿਆਦਾ ਉੱਚੇ ਟਾਵਰ ਨੇ ਉਹ 400 KV। ਦਿੱਲੀ ਤੋਂ ਵੀ ਚਾਰ ਉਹਨਾਂ ਦੀ ਡਰਾਇੰਗ ਅੱਡਾ ਰਸਤੇ ਵਿੱਚ ਕੋਈ ਰੁਲਾ ਤਾਂ ਨਹੀਂ ਸੀ? ਇੱਧਰ ਕਨੈਕਸ਼ਨ ਆ ਦੋ ਤਿੰਨ ਬਲਵੰਤ ਨੂੰ ਬੁਲਾ ਲਓ। ਤੇ ਕੀ ਸਮੱਸਿਆ ਆਈ, ਕਦੋਂ ਦੀ ਸਮੱਸਿਆ ਆਈ ਜੀ? ਸਮੱਸਿਆ ਕੱਲ੍ਹ ਤਕਰੀਬਨ 12:30 ਪੌਣੇ 1 ਵਜੇ ਦੇ ਕਰੀਬ ਵੀ ਆ, ਜਿਹੜੀ ਹਾਈ ਟੈਂਸ਼ਨ ਲਾਈਨ ਜਾ ਰਹੀ ਸਾਡੇ ਪਿੰਡ ਦੇ ਵਿੱਚੋਂ 2,20,000 ਵੋਲਟ, ਇਹਦੀ ਸਰਕਟ ਇੱਕ ਦੀ ਹੇਠਲੀ ਤਾਰ ਬ੍ਰੇਕ ਕਰ ਗਈ, ਇਹਦੇ ਕਰਕੇ ਸਪਲਾਈ ਬੰਦ ਹੋ ਗਈ। ਕਿਹੜੇ ਕਿਹੜੇ ਪਿੰਡਾਂ ਦੀ ਸਪਲਾਈ? ਇਹਦੇ ਨਾਲ ਪ੍ਰਭਾਵਿਤਾਂ ਤਕਰੀਬਨ ਜਿਹੜੇ ਲੋਕਲ ਪਿੰਡ ਆ ਸਾਡੇ, ਅਗੰਪਰ, ਟੱਪਰੀਆਂ, ਲੋਧੀਪੁਰ ਹੋ ਗਿਆ, ਬੁਰਜ ਵੇਲਾ, ਨਿੱਕੂਵਾਲ ਵੀ ਪ੍ਰਭਾਵਿਤ ਹੈ, ਮਟੌਰ, ਬੁਰਜ, ਬੱਲੋਵਾਲ। ਇਹਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਿਵੇਂ ਤਾਰ ਗਿਰੀ? ਨਹੀਂ, ਉਹ ਇਹ ਹਾਈ ਟੈਂਸ਼ਨ ਨੁਕਸਾਨ ਕੋਈ ਨਹੀਂ ਜੀ, ਬਾਕੀ ਹੁਣ ਲਾਈਨ ਚੱਲੀ ਤੇ ਬਾਕੀ ਹਾਈ ਟੈਂਸ਼ਨ ਵੋਲਟ ਕਿੱਥੇ ਜਾ ਰਹੀ, ਕਿਹੜੀ ਜਗ੍ਹਾ ਤੇ? ਇਹ ਗੰਗੂਵਾਲ ਤੋਂ ਮੰਡੀ ਗੋਬਿੰਦਗੜ੍ਹ ਜਾ ਰਹੀ ਜੀ। ਹਾਂਜੀ,
ਦੋ ਸਰਕਟ ਚੱਲ ਰਹੇ। ਪਰਮਿਟ ਲੈ ਕੇ ਹੀ ਕੰਮ ਕਰਨੇ ਪੈਂਦੇ ਹਨ। ਇਹਨੂੰ ਮੁਲਾਜ਼ਮਾਂ ਦੀ ਘਾਟ ਹੋਣ ਕਰਕੇ ਕੰਮ ਥੋੜਾ ਜਿਹਾ ਟਾਈਮ ਲੱਗ ਗਿਆ। ਲੱਗੇ ਹੋਏ ਜੀ ਹੁਣ? ਹਾਂਜੀ, ਮੁਲਾਜ਼ਮ ਲੱਗੇ ਹੋਏ ਆ। ਤੂੰ ਜ਼ੋਰ ਦਾ ਕੰਮ ਹੈ, ਬਹੁਤ ਹੱਥਾਂ ਦਾ ਕੰਮ ਹੈ, ਪਿੰਡ ਦਾ ਸਾਥ ਤਾਂ ਇਹਨਾਂ ਨੇ ਸਾਡੇ ਪਿੰਡਾਂ ਦਾ। ਕਿੰਨੇ ਕੁ ਬੰਦੇ ਲੱਗੇ? ਮੈਂ ਹੋਣਾ ਜੀ 50 ਕੁ ਬੰਦੇ ਦਾ ਹੋਣਾ ਜੀ ਤਕਰੀਬਨ। 12-13 ਬੰਦੇ ਇਹਨਾਂ ਦੇ ਮੁਲਾਜ਼ਮ, ਬਾਕੀ ਸਾਡੇ ਪਿੰਡਾਂ ਦੇ ਨੌਜਵਾਨ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਆਪਣੇ ਟਰੈਕਟਰ ਲੈਂਦੇ ਹੋਏ ਤੇ ਜਾਣੀ ਕਿ ਮਦਦ ਕਰ ਰਹੇ, ਪ੍ਰਸ਼ਾਸਨ ਦਾ ਸਾਥ ਦੇ ਰਹੇ ਤਾਂ ਕਿ ਛੇਤੀ ਕੰਮ ਹੋ ਜਾਵੇ। ਮੇਰਾ ਨਾਮ ਬਲਵੰਤ ਸਿੰਘ ਹੈ। ਸਮੱਸਿਆ ਤਾਂ ਮਤਲਬ ਕੱਲ ਦੁਪਹਿਰ ਦੀ ਹੈ ਤੇ ਜਿਹੜੀ ਇਹ ਵੱਡੀ ਲਾਈਨ ਜਾਂਦੀ 220 ਕੇਵੀ ਜਿਹਨੂੰ ਕਹਿੰਦੇ 220, ਇਹਦੀ ਜਿਹੜੀ ਤਾਰ ਹੈ ਉਹ ਕਿਸੇ ਪਹਿਲੇ ਮਤਲਬ ਗੈਰ ਸੀ, ਉਹ ਜਿਹੜੀ ਕੁਝ ਸਮਾਂ ਪਾ ਕੇ ਮਤਲਬ ਉਹ ਜਿਹੜੀ ਕੱਲ ਦਿਨੇ ਆ ਜਿਹੜੀ ਟੁੱਟ ਗਈ ਉਹ, ਜਿਹਦੇ ਕਰਕੇ ਸਾਡੇ 4-5 ਪਿੰਡ ਆ ਜਿਹੜੇ ਬਿਜਲੀ ਤੋਂ ਵਾਂਝੇ ਹੋ ਚੁੱਕੇ ਆ। ਜਿਹੜਾ ਦੇ ਕੇ ਜਿਹੜੀ ਇਹ ਲਾਈਨ ਹੈ ਗੋਬਿੰਦਗੜ੍ਹ ਤੋਂ ਬੰਦੇ ਆਏ ਹੋਏ ਨੇ, ਉਹ ਬੰਦੇ ਵੀ ਚਲੋ ਜਿਹੜੇ ਲੱਗੇ ਆ ਉਹਨਾਂ ਦੇ ਕੋਲ ਸਰਕਾਰ ਵੱਲੋਂ, ਉਹਨਾਂ ਦੀ ਸਮਾਨ ਦੀ ਸਮੱਸਿਆ ਬਹੁਤ ਹੈ ਕਿਉਂਕਿ ਸਮਾਨ ਹੈ ਜਿਹੜਾ ਪ੍ਰੋਪਰ ਨਹੀਂ ਮਿਲ ਰਿਹਾ, ਜਿਸ ਕਰਕੇ ਜਿਹੜਾ ਅੱਜ ਦਾ ਜਿਹੜਾ ਕੰਮ ਹੈ ਇਹ ਕਰਨਾ ਬਹੁਤ ਔਖਾ ਹੈ। ਜੇ ਸਾਡੇ ਇਹ ਸਾਡੇ ਜਿਹੜੇ ਪਿੰਡਾਂ ਦੇ ਮੁੰਡੇ ਆ ਜੇ ਇਹ ਸਹਿਯੋਗ ਨਾ ਕਰਦੇ ਤਾਂ ਇਹ ਹੋ ਸਕਦਾ ਵੀ ਇਹ ਕੰਮ ਹੈ ਜਿਹੜਾ ਇਹ ਨਾ ਹੁੰਦਾ। ਇਸ ਕਰਕੇ ਮਤਲਬ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਵੀ ਮਹਿਕਮੇ ਕੰਮ ਕਰਦੇ ਆ ਬਿਜਲੀ ਬੋਰਡ ਦੇ ਕਿਸੇ ਵੀ ਕੰਮ ਕਰਦੇ ਆ, ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਵੀ ਮਤਲਬ ਸਮਾਨ ਚਾਹੀਦਾ ਉਹ ਮੁਹੱਈਆ ਕਰਾਉਣਾ ਚਾਹੀਦਾ ਤਾਂ ਕਿ ਮਤਲਬ ਇਹੋ ਜਿਹੀ ਸਮੱਸਿਆ ਨਾ ਆਵੇ, ਇਹੋ ਜਿਹੀ ਜਿਹੜੀ ਪ੍ਰੋਬਲਮ ਹੈ ਕਿਸੇ ਨੂੰ ਨਾ ਆਵੇ, ਕਿਉਂਕਿ ਇਹ ਅੱਜ ਦੇ ਸਮੇਂ 'ਚ ਮਤਲਬ ਦਿਨ ਕੱਟਣੇ ਬੜੇ ਔਖੇ ਆ, ਗਰਮੀ ਦਾ ਸਮਾਂ ਹੈ ਇਸ ਵੇਲੇ। ਦੇਖੋ ਜੀ 24 ਘੰਟੇ ਦੇ ਉੱਪਰ ਸਮਾਂ ਹੋ ਗਿਆ, ਜਿਹੜੇ ਬੱਚੇ ਆ ਉਹ ਬਿਲਕ ਰਹੇ ਨੇ, ਪਾਣੀ ਦੀ ਸਮੱਸਿਆ ਹੈ, ਡੰਗਰਾਂ ਪਸ਼ੂਆਂ ਦੀ ਪਾਣੀ ਦੀ ਸਮੱਸਿਆ ਹੈ, ਇਸ ਕਰਕੇ ਮਤਲਬ ਅੱਜ ਇਹ ਸਾਨੂੰ ਜਿਹੜਾ ਇਹ ਸੰਤਾਪ ਭੋਗਣਾ ਪੈ ਰਿਹਾ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਤੁਹਾਡੇ ਚੈਨਲ ਰਾਹੀਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਸਰਕਾਰਾਂ ਹੈ ਇਹਨਾਂ ਵੱਲ ਵੀ, ਇਹ ਮਹਿਕਮੇ ਵੱਲ ਵੀ ਧਿਆਨ ਦੇਣ ਤਾਂ ਕਿ ਇਹ ਸਮੱਸਿਆ ਨਾ ਆਵੇ। ਇਹਦੇ 'ਚ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਮਤਲਬ ਸਮਾਨ ਹੈ ਜਿਹੜਾ ਉਹ ਸਰਕਾਰ ਵੱਲੋਂ ਮਹਿਕਮੇ ਵੱਲੋਂ ਮੁਹੱਈਆ ਨਹੀਂ ਕਰਾਇਆ ਜਾ ਰਿਹਾ, ਜਿਹੜਾ ਸੇਫਟੀ ਦਾ ਸਮਾਨ ਹੈ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਸੇਫਟੀ ਦਾ ਸਮਾਨ ਹੈ ਉਹ ਜੇ ਨਾ ਮਿਲੇ ਤਾਂ ਹੋ ਸਕਦਾ ਮਤਲਬ ਮਿਸਨਿਪ ਹੋ ਸਕਦੀ ਹੈ, ਕਿਸੇ ਦਾ ਐਕਸੀਡੈਂਟ ਹੋ ਸਕਦਾ ਹੈ, ਜਿਹਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਤੇ ਬੜਾ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਮਤਲਬ ਜ਼ਰੂਰੀ ਹੈ ਕਿ ਐਡਾ ਉੱਚਾ ਜਿਹੜਾ ਮਤਲਬ ਰਿਕਸ ਵਾਲਾ ਕੰਮ ਕਰਨਾ ਇਹਦੇ ਲਈ ਇਹ ਸਮਾਨ ਦੀ ਜਿਹੜੀ ਸਮੱਸਿਆ ਜ਼ਰੂਰ ਆਉਂਦੀ ਹੈ ਕਿ ਉਹ ਜਿਹੜੀ ਕਿੱਟਾਂ ਹੈ ਉਹ ਦਿੱਤੀਆਂ ਜਾਣ ਤਾਂ ਕਿ ਕਿਸੇ ਮੁਲਾਜ਼ਮ ਨੂੰ ਮਤਲਬ ਇਹੋ ਜਿਹੀ ਜਿਹੜੀ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਤੁਹਾਡੇ ਚੈਨਲ ਰਾਹੀਂ ਤਾਂ ਕਿ ਇਹੋ ਜਿਹੀਆਂ ਸਮੱਸਿਆ ਦਾ ਗਾਹਕ ਕਿਸੇ ਨੂੰ। ਕਿੰਨਾ ਕੁ ਕੰਮ ਰਹਿ ਗਿਆ ਜੀ? ਕੰਮ ਸਾਡਾ ਜੀ ਕੋਈ 1.5 ਘੰਟੇ ਦਾ ਰਹਿ ਗਿਆ ਤੇ 1.5 ਘੰਟੇ ਬਾਅਦ ਜਿਹੜੀ ਸਪਲਾਈ ਸਾਡੀ ਜਿਹੜੀ ਪਿੰਡਾਂ ਦੀ ਸਪਲਾਈ ਹੈ ਸਾਡੀ ਇਹ ਚਾਲੂ ਹੋ ਜਾਣੀ ਹੈ ਤੇ ਉਸ ਤੋਂ ਬਾਅਦ ਫਿਰ ਮਤਲਬ ਇਹ ਜਿਹੜੇ ਆਏ ਹੈ ਤੇ ਬੰਦੇ ਜਿਹੜੇ ਆਏ ਹੈ ਉਹ ਚਲੋ ਵੋਟਾਂ ਦੀ ਡਿਊਟੀ ਹੈ, ਕਰਨਾ ਪੈਣਾ, ਪਰ ਲੇਕਿਨ ਮੁਸ਼ਕਲਾਂ ਬਹੁਤ ਹੈ। ਕੀ ਕੀ ਮੁਸ਼ਕਲਾਂ ਹੈ? ਮੁਸ਼ਕਲਾਂ ਸਭ ਤੋਂ ਵੱਡੀਆਂ ਸਮਾਨ ਦੀ ਜਿਹੜੀ ਸਮੱਸਿਆ ਹੈ ਉਹ ਬਹੁਤ ਹੈ, ਸਮਾਨ ਦੀ ਸਮੱਸਿਆ ਜ਼ਿਆਦਾ ਹੈ। ਇਹ ਵੀ ਦੱਸ ਰਹੇ ਵੀ ਪਾਣੀ ਹੈ ਖੇਤਾਂ 'ਚ ਵੀ, ਟਰੈਕਟਰ ਵੀ ਲੈ ਕੇ ਜਾਂਦੇ ਰਸਤੇ 'ਚ? ਨਹੀਂ ਚਲੋ ਮਤਲਬ ਇਸ ਵੇਲੇ ਤਾਂ ਸੁੱਕੀ ਹੈ, ਤਾਂ ਮੀਂਹ ਪੈ ਰਹੇ ਤਾਂ ਹੋ ਗਏ 10-15 ਦਿਨ, ਪਾਣੀ ਤਾਂ ਵੈਸੇ ਹੈ ਨਹੀਂਗਾ ਤੇ ਇਹ ਕੋਈ ਸਮੱਸਿਆ ਨਹੀਂ ਆਈ ਹੈਗੀ, ਨਾ ਟਰੈਕਟਰ ਨੂੰ ਆਈ ਸਮੱਸਿਆ, ਟਰੈਕਟਰ ਨੂੰ ਤਾਂ ਪਾਣੀ ਦੀ ਸਮੱਸਿਆ ਆਉਂਦੀ ਨਹੀਂ ਹੈ ਤੇ ਬਾਕੀ ਪਾਣੀ ਦੀ ਸਮੱਸਿਆ ਕੋਈ ਨਹੀਂ ਹੈ। ਇਸ ਕਰਕੇ ਮਤਲਬ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ।
ਠੀਕ।